ਅਸਲਾਮੁਆਲੇਕਮ ਵੇਲੋ ਕੀ ਹਾਲ ਚਾਲ ਹੈ ਖੈਰ ਖਰੀਦ ਨਾਲ ਲੱਗੇ ਉਮੀਦ ਕਰਾਂਗਾ ਕਿ ਸਾਰੇ ਵੇਖਣ ਵਾਲੇ ਬਿਲਕੁਲ ਠੀਕ ਹੋਣਗੇ ਤੇ ਖਰੀਦ ਨਾਲ ਹੋਣਗੇ ਦੋਸਤੋ ਸੁਫੀ ਅਗਰੇ ਪਿੰਡ ਚੋਂ ਦੀ YouTube ਚੈਨਲ ਤੇ ਮੈਂ ਤੁਹਾਡਾ ਦੋਸਤ ਅਗਰੇ ਆਪਸ ਰਹਿੰਦਾ ਕਿ ਇੱਕ ਦੋ ਜ਼ਰੂਰੀ ਗੱਲਾਂ ਨੇ ਦੋਸਤਾਂ ਨਾਲ ਕਰਨੀਆਂ ਨੇ ਤੇ ਫਿਰ ਇਨਸ਼ਾਅੱਲਾ ਇੱਕ ਖੂਬਸੂਰਤ ਜਿਹਾ ਬਰੀਡਰ ਦੋਸਤਾਂ ਨੂੰ ਵਿਖਾਣੀਆਂ ਸਭ ਤੋਂ ਪਹਿਲੇ ਤੇ तमाम ਦੋਸਤਾਂ ਦਾ ਸ਼ੁਕਰੀਆ ਅਦਾ ਕਰਾਂਗਾ ਕਿਉਂਕਿ ਰੀਸੈਂਟਲੀ ਐਗਰੀਕਲਚਰ ਯੂਨੀਵਰਸਿਟੀ ਮੇਲਾ ਸੀ ਔਰ ਦੋ ਦਿਨ ਮੈਂ ਜਾਂਦਾ ਰਿਹਾ ਔਰ ਦੋਸਤਾਂ ਦਾ ਪਿਆਰ ਔਰ ਦੋਸਤਾਂ ਦਾ ਮੁਹੱਬਤ ਮੈਂ तमाम ਵੇਖਣ ਵਾਲਿਆਂ ਦਾ तमाम ਦੋਸਤਾਂ ਦਾ ਸ਼ੁਕਰੀਆ ਅਦਾ ਕਰਾਂਗਾ। ਨਿਹੈਤ ਸ਼ੁਕਰੀਆ ਅਦਾ ਕਰਾਂਗਾ। ਤੈ ਦਿਲ ਨਾਲ ਸ਼ੁਕਰੀਆ ਅਦਾ ਕਰਾਂਗਾ। ਜਿਹੜਾ ਉਹਨਾਂ ਪਿਆਰ ਦਿੱਤਾ। ਦੂਸਰੀ ਗੱਲ ਇਹ ਆ ਵੀ ਅਸੀਂ ਆ ਡਾਕੂਮੈਂਟਰੀ ਤੇ ਵੀ ਕੰਮ ਕਰ ਰਹੇ ਹਾਂ ਇਨਸ਼ਾਅੱਲਾ। ਰੀਸੈਂਟਲੀ ਅਸੀਂ ਆ ਪਿੱਛੇ ਚੌਧਰੀ ਖੁਦਾ ਯਾਰ ਮਹਿਦੀ ਮਰਹੂਮ ਤੇ ਡਾਕੂਮੈਂਟਰੀ ਕੀਤੀ ਹੈ। ਮੇਰੇ ਖਿਆਲ ਆ ਕਿ ਟਿਕਟੌਕ, ਫੇਸਬੁੱਕ, YouTube ਤੇ ਹਰ ਪਲੇਟਫਾਰਮ ਦੇ ਉੱਤੇ ਉਹ ਵੀਡੀਓ ਚੱਲੀ ਔਰ ਸਾਰੇ ਦੋਸਤਾਂ ਨੇ ਬੜਾ ਅੱਛਾ ਅਪ੍ਰੀਸ਼ੀਏਟਰ ਨੂੰ ਕੀਤਾ ਤੇ ਅਸੀਂ ਮਜ਼ੀਦ ਇਨਸ਼ਾਅੱਲਾ ਇੱਕ ਹੋਰ ਮਰਹੂਮ ਖੁਦਾ ਯਾਰ ਮਹਦੇ ਤੇ ਡਾਕੂਮੈਂਟਰੀ ਕਰ ਰਹੇ ਹਾਂ ਔਰ ਇਨਸ਼ਾਅੱਲਾ ਅਸੀਂ ਉਹਨਾਂ ਦੀ ਬਰਸੀ ਦੇ ਉੱਤੇ ਜਨਾਬ ਨੂੰ ਉਹ ਡਾਕੂਮੈਂਟਰੀ ਜਨਾਬ ਨੂੰ ਅਸੀਂ ਦੇਾਂਗੇ ਔਰ ਪੁੱਟਾ ਸਟਾਰਟ ਫਾਰਮ ਦੀ ਵੀ ਅਸੀਂ ਕੀਤੀ ਹੈ ਬਹੁਤ ਜ਼ਬਰਦਸਤ ਲੋਕਾਂ ਦਾ ਫੀਡਬੈਕ ਮਿਲਿਆ ਔਰ ਉਹਦੇ ਤੇ ਵੀ ਦੋਸਤਾਂ ਦਾ ਸ਼ੁਕਰੀਆ ਅਦਾ ਕਰਾਂਗਾ ਇੱਕ ਹੋਰ ਗੱਲ ਜਿਹੜੀ ਲਾਸਟ ਦੇ ਉੱਤੇ ਆ ਸਭ ਤੋਂ ਅਹਿਮ ਗੱਲ ਆ ਫਿਰ ਬੜਾ ਅੱਛਾ ਪਲੇਟਫਾਰਮ ਮੈਂ ਦੋਸਤਾਂ ਨੂੰ ਦਿੱਤਾ ਟਿਕਟੌਕ ਦੇ ਉੱਤੇ ਜਾਨਵਰ ਸੇਲ ਪਰਚੇਜ਼ ਕਰਨ ਦਾ ਤੇ ਪਿਛਲੇ ਕਾਫੀ ਦਿਨਾਂ ਤੋਂ خیر ਉਹ سلسلہ ਜਿਹੜਾ ਆ ਮਨਕਤਾ ਹੋ ਗਿਆ ਉਹ ਇਸ ਵਜ੍ਹਾ ਨਾਲ ਹੋਇਆ ਕਿ ਵੇਖੋ ਤੁਸੀਂ ਅਗਰ ਜਾਨਵਰ ਮੇਰੇ WhatsApp ਪੇਜ ਤੇ ਹੋ ਤੁਹਾਡਾ ਕਿੱਲੇ ਤੇ ਖਲੋਤਾ ਜਾਨਵਰ ਸੇਲ ਹੋ ਜਾਂਦਾ ਤੁਹਾਨੂੰ ਮੰਡੀ ਵੀ ਨਹੀਂ ਲਿਆਣ ਦੀ ਜ਼ਰੂਰਤ ਹੁੰਦੀ ਤੁਹਾਨੂੰ ਕਿਸੇ ਬ੍ਰੋਕਰ ਨੂੰ ਕਹਿਣ ਦੀ ਵੀ ਜ਼ਰੂਰਤ ਨਹੀਂ ਹੁੰਦੀ ਤੇ ਉਹ ਜਾਨਵਰ ਤੁਹਾਡਾ ਇੱਕ ਥੋੜੇ ਟਾਈਮ ਦੇ ਵਿੱਚ ਸੇਲ ਹੋ ਜਾਂਦਾ ਹੈ ਬੜਾ ਅੱਛਾ ਹੈ ਮਤਲਬ ਪਰਚੇਜ਼ਰ ਔਰ ਜਿਹੜਾ ਖਰੀਦਾਰ ਹੈ ਔਰ ਵੇਚਣ ਵਾਲਾ ਹੈ ਡਾਇਰੈਕਟਲੀ ਉਹਦਾ ਦਰਮਿਆਨ ਰابطਾ ਹੁੰਦਾ ਜੋ ਕਿ ਜ਼ਾਇਰੀ ਗੱਲ ਹਰ ਬੰਦਾ ਆਪਣੀ ਮਿਹਨਤ ਵਾਸਤੇ ਕਰਦਾ ਆਪਣੇ ਮਾਮਲਾਤ ਹਰ ਬੰਦੇ ਦੇ ਹੁੰਦੇ ਨੇ ਸਾਡੀ ਵੀ ਮਿਹਨਤ ਹੈ ਅਸੀਂ ਟਰੈਵਲ ਕਰਦੇ ਆਂ ਮਾਮਲਾਤ ਹੈ ਨੇ ਜੋ ਕਿ ਤੁਹਾਡਾ ਜਾਨਵਰ ਅਗਰ ਕਿੱਲੇ ਤੇ ਸੇਲ ਹੁੰਦਾ ਤੇ ਕੁਝ ਥੋੜਾ ਜਿਹਾ ਹਾਕਦਾਰ ਅਸੀਂ ਵੀ ਹੈਗੇ ਆਂ ਤੇ ਉਹ ਹੁੰਦਾ ਇਹ ਹੈ ਵੀ ਜਾਨਵਰ ਜਦੋਂ ਸੇਲ ਹੋ ਜਾਂਦਾ ਤੇ ਅਗਲੀ ਪਾਰਟੀ لازਮੀ ਕਾਲ ਕਰਕੇ ਦੱਸਦੀ ਹੈ ਵੀ ਯਾਰ ਅਸੀਂ ਜਾਨਵਰ ਲੈ ਆਂਦਾ ਫਲਾਨੀ ਜਗ੍ਹਾ ਤੇ ਤੁਸੀਂ ਲਾਇਆ ਸੀ ਜਦੋਂ ਇਹਨਾਂ ਨੂੰ ਫੋਨ ਕਰੀਦਾ ਆਂਦਾ ਜੀ ਮੇਰਾ ਚਾਚੇ ਦਾ ਲੈ ਗਿਆ ਮੇਰਾ ਤਾਏ ਦਾ ਲੈ ਗਿਆ ਜੀ ਮੇਰਾ ਆਪਣੇ ਤਲਕ ਵਾਲਾ ਲੈ ਗਿਆ ਉਹ ਸਿਰੋ ਹੀ ਮੁਕਰ ਜਾਂਦੇ ਨੇ ਉਹ ਫਿਰ ਮਾਜ਼ਰਤ ਵਾਲੀ ਗੱਲ ਹੈ ਕਿ ਡਿਸਾਰਟ ਹੋਇਆ ਇਸ ਗੱਲ ਤੋਂ ਉਹ ਸਿਲਸਿਲਾ ਬੰਦ ਕੀਤਾ ਪਿਛਲੇ ਕਾਫੀ ਦਿਨਾਂ ਤੋਂ ਉਹ ਹੁਣ ਤੁਸੀਂ مشورہ ਦੇਣਾ ਹੈ ਵੀ ਉਹ ਕੀ ਕਰਨਾ ਚਾਹੀਦਾ ਜੋ ਦੋਸਤ ਮੈਨੂੰ مشورہ ਮੇਰੇ ਵੇਖਣ ਵਾਲੇ ਦੇਣਗੇ ਮੈਂ ਉਹਦੇ ਤੇ ਅਮਲ ਪੈਰਾ ਇਨਸ਼ਾਅੱਲਾ ਲਾਜ਼ਮੀ ਹੋਵਾਂਗਾ ਇਹ ਤੁਹਾਡੇ ਫੀਡਬੈਕ ਦੇ ਇੰਤਜ਼ਾਰ ਤੋਂ ਬਾਅਦ ਫੈਸਲੇ ਤੋਂ ਬਾਅਦ ਜੋ ਤੁਸੀਂ ਹੁਕਮ ਕਰੋਗੇ ਮੈਂ ਹਾਜ਼ਰ ਹੈਗਾ ਮੈਂ ਉਸੇ ਤਰ੍ਹਾਂ ਕਰਾਂਗਾ ਠੀਕ ਹੋ ਗਿਆ ਜੀ ਲਓ ਜੀ ਤੁਹਾਨੂੰ ਬਰੀਡਰ ਵਿਖਾਣੇ ਆ ਇਹਦੀ ਡਿਟੇਲ ਦੋਸਤਾਂ ਦੇ ਨਾਲ ਸ਼ੇਅਰ ਕਰਦੇ ਹਾਂ ਕਿੱਥੇ ਖਲੋਤਾ ਸਾਰੀ ਹਰ ਚੀਜ਼ ਦੋਸਤਾਂ ਨੂੰ ਅ ਦੱਸ ਦਿਆਂ ਨਾ ਆਓ ਜੀ ਨਵਲੀਓ 마শাআল্লাহ ਖੂਬਸੂਰਤ ਬਰੀਡਰ ਦੋਸਤੋ ਵਾਜ਼ਿਹਾ ਰਹੇ ਕਿ ਇਹ ਨਾਟ ਫਾਰ ਸੇਲ ਹੈ ਸਿਰਫ ਵਿਖਾਣ ਦਾ ਮਕਸਦ ਇਹ ਹੈ ਕਿਉਂਕਿ ਅੱਜਕਲ ਸੀਜ਼ਨ ਹੈ ਔਰ ਮੇਰੀ ਕੋਸ਼ਿਸ਼ ਹੈ ਸੀ ਕਿ ਮੈਂ ਕਾਫੀ ਸਾਰੇ ਦੋਸਤਾਂ ਨੂੰ ਬਰੀਡਰ ਵਿਖਾਵਾਂ ਲੇਕਿਨ ਟਾਈਮ ਨਾ ਮਿਲਣ ਦੀ وجہ ਤੋਂ ਮੈਂ ਨਹੀਂ ਪਹੁੰਚ ਪਾ ਰਿਹਾ ਤੇ ਇਹ ਕਿਉਂਕਿ ਮੇਰੇ ਨਜ਼ਦੀਕ ਸੀ ਔਰ ਅੱਜ ਸਪੈਸ਼ਲੀ ਡਾਕਟਰ ਸਾਹਿਬ ਕੋਲ ਮੈਂ ਟਾਈਮ ਲਿਆ ਇਹ ਬਰੀਡਰ ਮੈਂ ਪਹਿਲੇ ਵੀ ਵਿਖਾ ਚੁੱਕਾ ਤੇ ਅੱਜ ਫੇਰ ਦੋਸਤਾਂ ਨੂੰ ਵਿਖਾਣੇ ਆ ਇਹਦੀ ਡਿਟੇਲ ਦੋਸਤਾਂ ਦੇ ਨਾਲ ਸ਼ੇਅਰ ਕਰਦੇ ਆ ਇਹਨੂੰ ਧਾਕ ਮਾਰ ਲਓ ਬਹੁਤ ਸਾਰੇ ਦੋਸਤਾਂ ਦੀਆਂ ਕਾਲ ਆndੀਆਂ ਪਈਆਂ ਤੇ ਬਰੀਡਰ ਦੱਸੋ ਕਿਉਂਕਿ ਸੀਜ਼ਨ ਹੈ ਤੇ ਲੋ ਵੈਲਿਊ ਇਹ ਪਹਿਲਾ ਬਰੀਡਰ ਜੇ ਇਹਨੂੰ ਨਜ਼ਰ ਮਾਰ ਲਓ ਤੇ ਬਾਕੀ ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਦਾ ਮੈਂ ਦੋਸਤਾਂ ਨੂੰ ਹੋਰ ਬਰੀਡਰ ਜਿਹੜੇ ਹੈ ਉਹ ਵੀ ਵਖਾਨਾ ਇਹਦੀ ਸਾਰੀ ਬਲੱਡ ਲਾਈਨ ਇਹਦੀ ਟੋਟਲੀ ਮਾਲੂਮਾਤ ਜਿਹੜੀ ਹੈ ਉਹ ਡਾਕਟਰ ਸਾਹਿਬ ਕੋਲ ਲੈ ਲੈਣੇ ਆ ਇਹਨੂੰ ਧਾਕ ਮਾਰ ਲਓ ਜੀ ਮਾਸ਼ਾਅੱਲ ਮਾਸ਼ਾਅੱਲਾ ਜੀ ਇਹਦੇ ਪੁੱਠਿਆਂ ਛੁੱਟਿਆਂ ਨੂੰ ਨਜ਼ਰ ਮਾਰੋ ਜੋੜ ਮੁੱਠਿਆਂ ਨੂੰ ਨਜ਼ਰ ਮਾਰੋ ਹਰ ਸ਼ੈ ਕਾਇਮ ਹੈਗੀ ਆ ਔਰ ਇਹ ਆਪਣੇ ਪੈਰਾਂ ਤੇ ਖਲੋਤਾ ਮਾਸ਼ਾਅੱਲਾ ਮਾਸ਼ਾਅੱਲਾ ਜੀ ਨੁਕਰਾ ਬਰੇਡਰ ਮਾਸ਼ਾਅੱਲਾ ਅੱਖਾਂ ਇਹਦੀਆਂ ਦੋਵੇਂ ਕਾਲੀਆਂ ਨੇ ਰਿਜ਼ਲਟ ਇਹਦਾ ਡਾਕਟਰ ਸਾਹਿਬ ਕੋ ਪੁੱਛ ਲੈਣੇ ਆ ਤੇ ਬਾਕੀ ਮਾਮੂਲਾਤ ਜਿਹੜੇ ਆ ਉਹ ਡਾਕਟਰ ਸਾਹਿਬ ਨਾਲ ਸ਼ੇਅਰ ਕਰਦੇ ਆ ਜੀ ਡਾਕਟਰ ਸਾਹਿਬ ਥੋੜਾ ਜਿਹਾ ਇਹਨੂੰ ਜ਼ਰਾ ਤਕਲੀਫ ਕਰਨੀ ਹੈ ਬਈ ਇਹਨੂੰ ਸਾਨੂੰ ਥੋੜਾ ਜਿਹਾ ਚਲਾ ਕੇ ਵਿਖਾਓ ਮਾਸ਼ਾਅੱਲਾ ਲੋ ਜੀ ਤਫਸੀਲ ਲੈਨੇ ਆ ਡਾਕਟਰ ਸਾਹਿਬ ਕੋ ਡਾਕਟਰ ਸਾਹਿਬ ਸਭ ਤੋਂ ਪਹਿਲੇ ਤੇ ਜਨਾਬ ਦੀ ਮਿਹਰਬਾਨੀ ਸ਼ੁਕਰੀਆ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਔਰ ਸਾਡੇ ਵੇਖਣ ਵਾਲਿਆਂ ਵਾਸਤੇ ਇੱਕ ਚੀਜ਼ ਮੁਹੱਈਆ ਕਰ ਰਹੇ ਹੋ ਵੀ ਬਰੀਡਰ ਔਰ ਬਿਹਤਰੀਨ ਬਰੀਡਰ ਹੈ ਜਨਾਬ ਦੀ ਮਿਹਰਬਾਨੀ ਹੈ ਸ਼ੁਕਰੀਆ ਤਾਬੇ ਵਾ ਬਾਈ ਨੂੰ ਡਾਕਟਰ ਸਾਹਿਬ ਇਹਦੀ ਸ਼ੁਰੂ ਤੋਂ ਇਹਦੀ ਬਲੱਡ ਲਾਈਨ ਜ਼ਰਾ ਦੱਸੋ ਸਾਨੂੰ ਇਹ ਜਿਸ ਤਰ੍ਹਾਂ ਸਵੀਰ ਸਾਹਿਬ ਤੁਸੀਂ ਪਿਛਲੇ ਸਾਲ ਵੀ ਆਏ ਸੀ ਉਦੋਂ ਵੀ ਮੈਂ ਇਹਦੀ ਬਣਾ ਕੇ ਭੇਜੀ ਸੀ ਤੁਹਾਨੂੰ ਹਾਂਜੀ ਤੇ ਤੁਸੀਂ ਉਹ ਫੇਰ ਕਰਵਾਇਆ ਮਾਸ਼ਾਅੱਲਾ ਅਲਹਮਦੁਲਿਲਾ ਬਾਰ ਬਾਰ ਦੱਸਣ ਦੀ ਮੈਨੂੰ ਤਾਂ ਖਿਆਲ ਆ ਜ਼ਰੂਰਤ ਨਹੀਂ ਬਹਰ ਹਾਲ ਫੇਰ ਵੀ ਦੱਸਦਿੰਨੇ ਹਾਂ ਜੀ ਨਹੀਂ ਚੋਕੇ ਨਵੇਂ ਸ਼ਕੀਨ ਜੀ ਜੀ ਨਵੀਂ ਜਗ੍ਹਾ ਤੇ ਫਿਰ ਉਹਨਾਂ ਨੂੰ ਨਹੀਂ ਜਾਣਾ ਜ਼ਰੂਰੀ ਹੈ ਜੀ ਬਿਲਕੁਲ ਬਿਲਕੁਲ ਠੀਕ ਹੋ ਗਿਆ ਅੱਲਾਹ ਪਾਕ ਖੈਰ ਕਰੇ ਇਹ ਮਾਸ਼ਾਅੱਲਾ ਜੀ ਫਿਰ ਇੱਕ ਸੈयद ਬਾਦਸ਼ਾਹ ਭਾਈ ਨੇ ਦੋਸਤ ਨੇ ਉਹਨਾਂ ਨੇ ਮੈਨੂੰ ਗੁਫ਼ਤਰੀ ਦਿੱਤਾ ਸੀ ਅੱਛਾ ਤੇ ਉਹਨਾਂ ਨੇ ਫਿਰ ਇਹ ਮੈਨੂੰ ਆਪਣੇ ਗੋੜੀਆਂ ਵਾਸਤੇ ਦਿੱਤਾ ਸੀ ਅੱਛਾ ਕਿ ਜ਼ਾਤੀ ਘੋੜੀਆਂ ਮਿਲਾਓ ਇਹਦਾ ਕੋ ਫਿਰ ਅਲਹਮਦੁਲਿਲਾ ਗਾ ਮੈਂ ਕਿਹਾ ਚਲੋ ਅੱਲਾਹ ਪਾਕ ਨੇ ਸਾਨੂੰ ਦਿੱਤਾ ਸਾਰਿਆਂ ਦੋਸਤਾਂ ਕੋਲ ਇਹ ਤੇ ਬਲੱਡ ਲਾਈਨ ਹੋਣੀ ਚਾਹੀਦੀ ਆ ਸਾਰੇ ਦੋਸਤਾਂ ਕੋਲ ਜਾਣਾ ਚਾਹੀਦਾ ਸਾਰੇ ਦੋਸਤਾਂ ਦਾ ਫਾਇਦਾ ਹੋਣਾ ਚਾਹੀਦਾ ਇਸ ਕਰਕੇ ਫਿਰ ਮੈਂ ਘੋੜਾ ਘੋੜੀਆਂ ਤੇ ਵੀ ਛੋੜਨਾ ਸ਼ੁਰੂ ਕਰ ਦਿੱਤਾ ਲੇਕਿਨ ਇੱਕ ਦਿਨ ਚ ਕੋਈ ਘੋੜੀ ਤੇ ਮਿਲਾਈਦਾ ਵਾ ਤੇ ਬਾਰ ਬਾਰ ਅਗਰ ਕੋਈ ਦੂਸਰੀ ਘੋੜੀ ਆ ਵੀ ਜਾਂਦੀ ਆ ਉਹ ਕੋ ਮਾਜ਼ਰਤ ਕਰੀਦੀ ਆ ਫਿਰ ਉਹਨੂੰ ਕੋ ਹੋਰ ਘੋੜੇ ਦਾ ਦੱਸ ਦਿੱਤਾ ਕਿ ਉਧਰ ਚੱਲ ਵੇਖੋ ਜੀ ਜਾਨਵਰ ਹੈ ਜ਼ਿਆਤੀ ਤਾਂ ਨਹੀਂ ਹੋਣੀ ਚਾਹੀਦੀ ਇੱਕ ਜਾਨਵਰ ਨਾਲ ਜ਼ਿਆਤੀ ਫਿਰ ਦੂਸਰਾ ਆਏ ਹੋਏ ਬੰਦੇ ਨਾਲ ਵੀ ਜ਼ਿਆਤੀ ਹੋ ਸਕਦੀ ਹੈ ਜੀ ਹੁਣ ਕਰਾਏ ਲਾ ਕੇ ਸਾਰਾ ਟਾਈਮ ਕੱਢ ਕੇ ਅਗਰ ਬੰਦਾ ਆਉਂਦਾ ਉਹਦੀ ਘੋੜੀ ਮਿਸ ਹੋ ਜਾਂਦੀ ਨਹੀਂ ਅਗਰ ਉਹ ਰਹਿੰਦੀ ਤੇ ਫਿਰ ਉਹਨੇ ਪਾਸ ਤੇ ਪਰੇਸ਼ਾਨੀ ਹੁੰਦੀ ਅਲਹਮਦੁਲਿਲਾ ਇਹ ਰਿਜ਼ਲਟ ਸ਼ੁਕਰ ਅੱਲਾਹ ਦੀ ਜ਼ਾਦਾ ਕਿ 100% ਰਿਜ਼ਲਟ ਹੈ ਅੱਛਾ ਸ਼ੁਕਰ ਅੱਲਾਹ ਦਾ ਬਾਕੀ ਜਿਹੜੇ ਬੱਚੇ ਬਲੱਡ ਲਾਈਨ ਦੇ ਬਹੁਤ ਅੱਛੇ-ਅੱਛੇ ਆ ਰਹੇ ਆ ਅਲਹਮਦੁਲਿਲਾ ਹਾਂਜੀ ਹੁਣ ਤਕਰੀਬਨ 1.5 ਸਾਲ ਪੋਨੇ 2 ਸਾਲ ਤੋਂ ਛੋਟ ਰਿਆ ਘੋੜੀਆਂ ਤੇ ਅੱਛਾ ਹੁਣ ਸ਼ੁਕਰ ਅੱਲਾਹ ਦਾ ਕਿ ਇਹਦੇ ਜਿਹੜੇ ਹੈਗੇ ਬੱਚੇ ਮਾਸ਼ਾਅੱਲਾ ਸ਼ੁਰੂ ਹੋ ਗਏ ਆ ਉਹਨੇ ਤੇ ਲਾਦੂ ਸ਼ਾਦੂ ਮਾਲਕਾ ਨਿਕਲਣੇ ਸ਼ੁਰੂ ਮਤਲਬ ਮੈਦਾਨ ਦਾ ਰਿਜ਼ਲਟ ਆਣਾ ਸ਼ੁਰੂ ਹੋ ਗਿਆ। ਅਲਹਮਦੁਲਿਲਾ ਬਹੁਤ ਅੱਛਾ ਰਿਜ਼ਲਟ ਮਾਸ਼ਾਅੱਲਾ। ਹਾਂਜੀ। ਸ਼ੁਕਰ ਅੱਲਾ ਦਾ ਜਾਨਵਰ ਬਹੁਤ ਅੱਛੇ-ਅੱਛੇ ਆ ਗਏ। ਅੱਛਾ। ਇਹਦੀ ਬਲੱਡ ਲਾਈਨ ਦੇ ਬਾਰੇ ਥੋੜਾ ਜਿਹਾ। ਬਲੱਡ ਲਾਈਨ ਇਹਦੀ ਹੁਸੈਨ ਨਬਾਸ ਵਾਲੇ ਮੁਕੱਦਰ ਕੋੜੇ ਦਾ ਪੁੱਤਰ ਆ ਜੀ ਇਹ। ਅੱਛਾ। ਤੇ ਉਹ ਵੀ ਸ਼ਾਹ ਸਾਹਿਬ ਸੀ ਜਿਨ੍ਹਾਂ ਨੇ ਮੈਨੂੰ ਦਿੱਤਾ ਸੀ ਗਿਫਟ ਕੀਤਾ ਸੀ। ਤੇ ਅਲਹਮਦੁਲਿਲਾ ਬਾਕੀ ਮਾਸ਼ਾਅੱਲਾ ਇਹਦੇ ਬੱਚੇ ਹੁਣ ਇਲਾਕੇ 'ਚ ਬਹੁਤ ਜ਼ਿਆਦਾ। ਕੱਕਿਆਂ ਦੀ ਬਲੱਡ ਲਾਈਨ। ਕੱਕਿਆਂ ਦੀ ਇਹਦੀ ਮਾਂ ਵੀ ਕੱਕਿਆਂ 'ਚੋਂ ਸੀ ਜੀ। ਅੱਛਾ। ਤੇ ਬਲੱ ਦੀ ماں ਕਿਹੜੀ ਕਿਹੜੇ ਘੋੜਿਆਂ ਦੀ ਇਹ ਹਾਕਮ ਘੋੜੇ ਦੀ ਦੀ ਸੀ ਜੀ ਅੱਛਾ ਹਾਂਜੀ ਤੇ ਡਾਕਟਰ ਸਾਹਿਬ ਇਹਦਾ ਕੱਦ ਕਿਤਨਾ ਹੈ ਘੋੜੇ ਦਾ ਕੱਦ ਤਕਰੀਬਨ ਜੀ 61 ਪਲੱਸ ਹੈ ਜੀ 61 ਪਲੱਸ ਹਾਂਜੀ ਠੀਕ ਠੀਕ ਮੱਥੇ ਦਾ ਸਾਫ ਮੱਥਾ ਬਿਲਕੁਲ ਸਾਫ ਹੈ ਜੀ ਮਾਸ਼ਾਅੱਲਾ ਅਸੀਲ ਸ਼ਰਾਫਤ ਫੇ ਮਾਸ਼ਾਅੱਲਾ 16 ਬੰਦ ਜਿਸ ਤਰ੍ਹਾਂ ਪਿਛਲੀ ਵਾਰ ਦੱਸੇ ਅਲਹਮਦੁਲਿਲਾ ਉਹ ਹੀ ਬੰਦ ਨੇ ਉਹ ਹੀ ਸਾਰਾ ਕੁਝ ਹੈ ਹਾਂਜੀ ਸ਼ੁਕਰ ਅੱਲਾਹ ਦੇ ਜ਼ਾਤ ਦਾ अच्छा डॉक्टर साहब एडी फीस ਦੇ ਬਾਰੇ ਥੋੜਾ ਜਿਹਾ फीस ਮੈਂ ਪਿਛਲੀ ਦਫਾ ਵੀ ਇਹ ਗੱਲ ਦੱਸੀ ਸੀ ਜੀ ਅਲ ਹਮਦੁਲਿਲਾ ਸਾਨੂੰ ਇਹਦਾ ਕੋਈ ਲਾਲਚ ਨਹੀਂ ਹੁੰਦਾ ਜੇ ਕੋਈ ਬੰਦਾ ਆਪਣੀ ਇਮਾਨਦਾਰੀ ਨਾਲ ਇਹ ਗੱਲ ਆ ਕੇ ਕਹਿੰਦਾ ਕਿ ਡਾਕਟਰ ਸਾਹਿਬ ਇਹਦੀ ਫੀਸ ਅਸੀਂ ਕਿ ਤੁਸੀਂ ਵੀ ਰਾਹ ਫੀਸ ਬਿੱਲ ਲਾ ਅੱਲਾ ਦੀ ਰਾਹ ਤੇ ਦਿੰਦੇ ਹੋ ਤਾਂ ਅਸੀਂ ਵੀ ਫੀਸ ਬਿੱਲ ਲਾ ਅੱਲਾ ਦੀ ਰਾਹ ਤੇ ਦਿੰਦੇ ਹੋ ਅਗਰ ਆਪਣੀ ਇਮਾਨਦਾਰੀ ਨਾਲ ਕਹਿ ਜੰਦਾ ਤਾਂ ਅਸੀਂ ਉਹਨੂੰ ਫੀਸ ਬਿੱਲ ਲਾ ਗੋੜਾ ਛੋੜਦੀਦਾ ਉਹ ਆਪਣੇ ਜਾ ਕੇ ਆਪਣੇ ਇਲਾਕੇ ਦੀਆਂ ਬੇਵਾਰਤਾਂ ਨੂੰ ਯਤੀਮ ਬੱਚੀ ਬੱਚਿਆਂ ਨੂੰ ਉਹਨਾਂ ਦੀ ਫੀਸ ਦੇ ਦੇ ਵੀ ਲੇਕਿਨ ਦੇਣਾ ਪਾਬੰਦੀ ਹੈ ਕਿ ਦੇਣੀ ਜ਼ਰੂਰ ਆ ਬੇਸ਼ੱਕ ਸਾਡੇ ਪਿੰਡ ਦੇ ਵਿੱਚ ਇੱਥੇ ਬੱਚਿਆਂ ਬੱਚੀਆਂ ਨੂੰ ਦੇ ਦੇਵੇ ਚਾਹੇ ਉਹ ਆਪਣੇ ਪਿੰਡ ਜਾ ਕੇ ਉਹਨਾਂ ਨੂੰ ਇਹ ਉਹਦੀ ਇਮਾਨ ਤੇ ਡਿਪੈਂਡ ਕਰਦਾ ਸਾਨੂੰ ਇਹਦਾ ਕੋਈ ਲਾਲਚ ਨਹੀਂ ਸਾਨੂੰ ਇਹਦਾ ਇਹੀ ਆ ਕਿ ਚਲੋ ਸਾਰੇ ਦੋਸਤਾਂ ਦੇ ਕੋਲੇ ਦੀ ਬਲੱਡ ਲਾਈਨ ਜਾਵੇ ਸਾਰਿਆਂ ਕੋਲ ਅੱਲਾਹ ਕਰੇ ਖੂਬਸੂਰਤ ਬੱਚੇ ਹੋਣ ਸਾਰੇ ਹਾਂਜੀ ਆਪਣੇ ਆਪਣੇ ਜਾਨਵਰ ਸ਼ੌਕ ਪੂਰਾ ਕਰਨ ਅੱਛਾ ਤੇ ਰਿਜ਼ਲਟ ਇਹਦਾ ਕਿਤਨੇ ਫੀਸਦ ਦੱਸਿਆ ਜੇ ਰਿਜ਼ਲਟ ਮਾਸ਼ਾਅੱਲਾ ਇਹਦਾ 100 ਫੀਸਦ ਦੀ ਆ ਜੀ ਅਲਹਮਦੁਲਿਲਾ ਅਸਲਮ ਠੇਕੇਦਾਰ ਸੱਗਲ ਅੱਛਾ ਮਸ਼ਹੂਰ ਮਰੂਫ ਹਸਤੀ ਹੈ ਹਾਂਜੀ ਉਹਦੀ ਘੋੜੀ 4-5 ਸਾਲ ਤੋਂ ਫਿਰ ਗਈ ਸੀ ਨਹੀਂ ਸੀ ਰਹਿ ਰਹੀ ਅੱਛਾ ਮੋੜ ਕੇ ਜ਼ਿਆ ਸ਼ਾਹ ਸਾਹਿਬ ਹੈਗੇ ਨੇ ਸਾਡੇ ਇਲਾਕੇ ਦੇ ਅੱਛਾ ਜੀ ਉਹ ਆਏ ਆਪਣੀ ਘੋੜੀ ਲੈ ਕੇ ਉਹਨਾਂ ਨੇ ਫਿਰ ਇਥੇ ਉਹਨਾਂ ਦੀ ਘੋੜੀ ਮਿਲਾਈ ਹਾਂ ਅਲਹਮਦੁਲਿਲਾ ਉਹ ਜਾ ਕੇ ਉਹਨੇ ਬੱਚਾ ਜੰਮਿਆ ਮਾਸ਼ਾਅੱਲਾ ਬਹੁਤ ਖੂਬਸੂਰਤ ਹਾਂਜੀ ਤੇ ਉਹ ਵੀ ਜਾ ਕੇ ਡੇਰੇ ਤੇ ਉਹਨਾਂ ਦੇ ਦੇਖ ਸਕਦੇ ਹੋ ਕਿਹਦਾ ਬੱਚਾ ਅਲਹਮਦੁਲਿਲਾ ਅਸਲਮ ਸੱਗਲ ਦੇ ਡੇਰੇ ਤੇ ਉਹ ਬੱਚਾ ਦਾ ਇਸ ਵੇਲੇ ਖੜਾ ਆ ਅੱਛਾ ਹਾਂਜੀ ਬਹੁਤ ਅੱਛੇ ਅੱਛੇ ਬੱਚੇ ਮਾਸ਼ਾਅੱਲਾ ਹੈਗੇ ਨੇ ਇੱਕ ਦੂਸਰਾ ਕੋਡਨਾ ਦੇ ਵਿੱਚ ਵਿਰਾਨੀ ਕੋਡਨਾ ਜਿਹਦਾ ਬੱਚਾ ਖੜਾ ਵਾ ਹਨੀਫ ਕੋਡਨ ਕੋਲ ਹੂੰ ਹੂੰ ਉਹ ਵੀ ਬਹੁਤ ਅੱਛਾ ਮਾਸ਼ਾਅੱਲਾ ਬਹੁਤ ਅੱਛਾ ਬਣ ਰਿਹਾ ਅੱਛਾ ਹੋਰ ਵੀ ਕਾਫੀ ਦੋਸਤਾਂ ਕੋਲ ਹੈਗੇ ਨੇ ਮਾਸ਼ਾਅੱਲਾ ਕੁਝ ਲੋਕ ਸੇਲ ਕਰਦੇ ਆ ਕੁਝ ਨਹੀਂ ਕਰਦੇ ਕੁਝ ਆਪਣੇ ਗਾਂ ਅੱਗੇ نسل ਵਧਾਉਣ ਵਾਸਤੇ ਉਹਨਾਂ ਨੇ ਰੱਖੇ ਨੇ ਠੀਕ ਲਓ ਬਈਓ ਘੋੜਾ ਤੁਸੀਂ ਵੇਖ ਲਿਆ ਇਹਦੀ ਬਲੱਡ ਲਾਈਨ ਵੀ ਦੋਸਤਾਂ ਦੇ ਨਾਲ ਸ਼ੇਅਰ ਹੋ ਗਈ ਏ ਔਰ ਜਿਹੜੀ ਸਭ ਤੋਂ ਅਹਿਮ ਗੱਲ ਏ ਉਹ ਇਹ ਹੈ ਵੀ ਜਿਸ ਦੋਸਤ ਆਣਾ ਹੈ ਉਹ ਪਹਿਲੇ ਡਾਕਟਰ ਸਾਹਿਬ ਨਾਲ ਰਾਬਤਾ ਕਰ ਲਵੇ ਡਾਕਟਰ ਸਾਹਿਬ ਦਾ ਮੋਬਾਈਲ ਨੰਬਰ ਮੋਬਾਈਲ ਸਕਰੀਨ ਦੇ ਉੱਤੇ ਚੱਲ ਰਿਹਾ ਤੁਹਾਡੀ ਦੇ ਰਾਬਤਾ ਕਰਨਾ ਬਿਹਤਰ ਹੈ ਫੇਰੇ ਪੈਣ ਨਾਲੋਂ ਬਿਹਤਰ ਹੈ ਕਿ ਤੁਸੀਂ ਰਾਬਤਾ ਕਰ ਲਿਆ ਜੇ ਇਹਨਾਂ ਕੋ ਟਾਈਮ ਬਣਾ ਕੇ ਤੇ ਫਿਰ ਤੁਸੀਂ ਨਿਕਲਿਆ ਜੇ ਕੋ ਮੇਰੀਆਂ ਚੰਦ ਗੁਜ਼ਾਰਾ ਸ਼ਾਦ ਸੀ ਉਹ ਗੋਸ਼ਤ ਗੁਜ਼ਾਰ ਕਰਦੇ ਸੀ ਜਿਵੇਂ ਤੁਸੀਂ ਹੁਕਮ ਕਰਨਾ ਮੈਂ ਓਵੇਂ ਕਰਾਂਗਾ ਇਨਸ਼ਾਅੱਲਾ ਤੇ ਬਾਕੀ ਵੀਡੀਓ ਕਿਵੇਂ ਦੀ ਲੱਗੀ لازਮੀ ਦੱਸਣਾ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਆਪਣੇ ਵੀਰ ਜ਼ਗੀਰ ਅਬਾਸ ਰੈਂਦ ਔਰ ਡਾਕਟਰ ਸਾਵਰ ਸਾਹਿਬ ਨੂੰ ਹਾਂ ਇਹ ਗੱਲ ਜਿਹੜੀ ਹੈ ਉਹ ਰਹਿ ਗਈ ਏ ਇਹ ਘੋੜਾ ਮੌਜੂਦ ਹੈ ਪੈਂਸਰਾ ਦੇ ਨਜ਼ਦੀਕ ਪਿੰਡ ਹੈ ਜਨਾਬ 278 ਉੱਥੇ ਤੇ ਰਾਪਤਾ ਕਰਨਾ ਜ਼ਰੂਰੀ ਹੈ ਬਾਕੀ ਵੀਡੀਓ ਕਿਵੇਂ ਦੀ ਲੱਗੀ ਹੈ ਲਾਜ਼ਮੀ ਦੱਸਣਾ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਆਪਣੇ ਵੀਰ ਸਗੀਰ ਬਾਸਰੇ ਨੂੰ ਦਿਓ ਇਜਾਜ਼ਤ ਰੱਬ ਰੱਖਾ